100 ਸਾਲ ਪੁਰਾਣੀ ਬਿਲਡਿੰਗ ਡਿੱਗੀ ਹੈ। ਬਿਲਡਿੰਗ ਡਿੱਗਣ ਦੀਆਂ ਤਸਵੀਰਾਂ ਆਈਆਂ ਨੇ ਸਾਹਮਣੇ। ਸੋ ਇਮਾਰਤ ਡਿੱਗਣ ਦੇ ਨਾਲ 3 ਲੋਕ ਜ਼ਖਮੀ ਹੋਏ ਨੇ। ਸੋ ਜ਼ਖਮੀਆਂ ਨੂੰ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਸੋ ਦੱਸ ਦਈਏ ਕਿ ਲੁਧਿਆਣਾ ਦੇ ਵਿੱਚ ਹਾਦਸਾ ਵਾਪਰਿਆ ਜਿੱਥੇ ਕਿ 100 ਸਾਲ ਪੁਰਾਣੀ ਬਿਲਡਿੰਗ ਹੈ ਜਿਹੜੀ ਕਿ ਉਹ ਡਿੱਗ ਪਈ ਹੈ। ਬਿਲਡਿੰਗ ਡਿੱਗਣ ਦੀਆਂ ਖੌਫਨਾਕ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਸੋ ਜ਼ਖਮੀ ਹੋਏ ਨੇ ਕੁਝ ਲੋਕ ਤੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਦੱਸ ਦਈਏ ਕਿ ਇਸ ਇਮਾਰਤ ਡਿੱਗਣ ਦੇ ਨਾਲ 3 ਲੋਕ ਨੇ ਜਿਹੜੇ ਕਿ ਜ਼ਖਮੀ ਹੋਏ ਨੇ। ਸੋ 100 ਸਾਲ ਪੁਰਾਣੀ ਇਹ ਬਿਲਡਿੰਗ ਹੈ ਜਿਹੜੀ ਕਿ ਢਹਿ ਢੇਰੀ ਹੋ ਗਈ ਹੈ। ਬਿਲਡਿੰਗ ਡਿੱਗਣ ਦੀਆਂ ਤਸਵੀਰਾਂ, ਸੋ ਬੇਹੱਦ ਖੌਫਨਾਕ ਤਸਵੀਰਾਂ, ਖੌਫਨਾਕ ਮੰਜ਼ਰ ਜਿਹੜਾ ਕਿ ਇਸ ਬਿਲਡਿੰਗ ਡਿੱਗਣ ਦੇ ਨਾਲ ਦੇਖਣ ਨੂੰ ਮਿਲਿਆ। 100 ਸਾਲ ਇਹ ਪੁਰਾਣੀ ਬਿਲਡਿੰਗ ਦੱਸੀ ਜਾ ਰਹੀ ਹੈ ਜਿਹੜੀ ਕਿ ਢਹਿ ਢੇਰੀ ਹੋ ਗਈ ਅਚਾਨਕ ਹੀ, ਜਿਸ ਦੇ ਵਿੱਚ 3 ਲੋਕ ਨੇ ਜਿਹੜੇ ਕਿ ਜ਼ਖਮੀ ਦੱਸੇ ਜਾ ਰਹੇ ਨੇ। ਫਿਲਹਾਲ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਸੋ ਇਮਾਰਤ ਡਿੱਗਣ ਦੇ ਨਾਲ 3 ਲੋਕ ਨੇ ਜਿਹੜੇ ਕਿ ਜ਼ਖਮੀ ਹੋਏ ਨੇ। ਸੋ ਖੌਫਨਾਕ ਤਸਵੀਰਾਂ ਸਾਹਮਣੇ ਆਈਆਂ ਨੇ ਬਿਲਡਿੰਗ ਡਿੱਗਣ ਦੀਆਂ ਤਸਵੀਰਾਂ। ਸੋ ਲੁਧਿਆਣੇ ਦੇ ਵਿੱਚ ਸੀ ਬਿਲਡਿੰਗ, ਇਹ 100 ਸਾਲ ਪੁਰਾਣੀ ਬਿਲਡਿੰਗ ਜਿਹੜੀ ਕਿ ਅਚਾਨਕ ਹੀ ਢਹਿ ਢੇਰੀ ਹੋ ਪਈ। ਸੋ ਬਿਲਡਿੰਗ ਡਿੱਗਣ ਦੀਆਂ ਇਹ ਤਸਵੀਰਾਂ ਆਈਆਂ ਨੇ ਸਾਹਮਣੇ, ਬੇਹੱਦ ਖੌਫਨਾਕ ਤਸਵੀਰਾਂ ਜਿਹੜੀਆਂ ਕਿ ਜਿਸ ਦੇ ਵਿੱਚ ਇਸ ਮਲਬੇ ਦੇ ਹੇਠਾਂ 3 ਜਿਹੜੇ ਕਿ ਲੋਕ ਆਉਣ ਕਰਕੇ ਉਹ ਜ਼ਖਮੀ ਹੋਏ ਨੇ। ਉਹਨਾਂ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਕਮਲ ਕਪੂਰ ਸਾਡੇ ਨਾਲ ਜੁੜ ਚੁੱਕੇ ਨੇ ਜਾਣਕਾਰੀ ਦੇ ਲਈ। ਸੋ ਕਮਲ, ਜਿਹੜੀ ਕਿ ਖੌਫਨਾਕ ਤਸਵੀਰਾਂ ਦੇਖਣ ਨੂੰ ਮਿਲੀਆਂ, ਬਿਲਡਿੰਗ ਡਿੱਗੀ ਹੈ, 100 ਸਾਲ ਪੁਰਾਣੀ ਬਿਲਡਿੰਗ, 3 ਲੋਕ ਜ਼ਖਮੀ ਦੱਸੇ ਜਾ ਰਹੇ ਨੇ, ਹੋਰ ਕੀ ਕੁਝ ਜਾਣਕਾਰੀ ਤੁਹਾਡੇ ਕੋਲ, ਕਦੋਂ ਇਹ ਘਟਨਾ ਵਾਪਰੀ ਹੈ? ਜੀ ਪਰਮ, ਬਿਲਕੁਲ ਦੱਸ ਦਈਏ ਕਿ ਇਹ ਜਿਹੜੀ ਘਟਨਾ ਬੇਹੱਦ ਮਨਭਾਗੀ ਘਟਨਾ, ਕਿਉਂਕਿ ਪੁਰਾਣੀਆਂ ਬਿਲਡਿੰਗਾਂ ਜਿਹੜੀਆਂ ਨੇ ਹਜੇ ਵੀ ਇਸ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਨੇ, ਕਿਉਂਕਿ ਪੁਰਾਣਾ ਬਾਜ਼ਾਰ ਕਿਹਾ ਜਾਂਦਾ, ਪੁਰਾਣਾ ਬਾਜ਼ਾਰ ਦਾ ਇਲਾਕਾ ਹੈਗਾ ਜਿੱਥੇ ਤਕਰੀਬਨ 100 ਸਾਲ ਤੋਂ ਵੱਧ ਜਿਹੜੀਆਂ ਪੁਰਾਣੀਆਂ ਬਿਲਡਿੰਗਾਂ ਨੇ ਜੋ ਖਸਤਾ ਹਾਲਤ 'ਚ ਨੇ, ਕਦੀ ਵੀ ਗਿਰ ਸਕਦੀਆਂ ਨੇ। ਅਜਿਹੀ ਇੱਕ ਹਾਦਸਾ ਜਿਹੜਾ ਹੈਗਾ ਅੱਜ ਘਟਿਆ ਹੈਗਾ ਦੁਪਹਿਰ ਤੋਂ ਕਰੀਬ, ਜਿਹੜੀ ਹੈਗੀ ਹੈ ਇਹ ਬਿਲਡਿੰਗ ਇੱਕਦਮ ਜਿਹੜੀ ਹੈ ਗਿਰਦੀ ਹੈ, ਲੇਕਿਨ ਕੱਲ੍ਹ ਰਾਤ ਤੋਂ ਹੀ ਇਸ ਬਿਲਡਿੰਗ ਦੇ ਚਰਮਰਾਨ ਦੀਆਂ ਆਵਾਜ਼ਾਂ ਜਿਹੜੀਆਂ ਲਗਾਤਾਰ ਆ ਰਹੀਆਂ ਸੀ, ਔਰ ਗਵਾਂਢੀਆਂ ਵੱਲੋਂ ਇਸ ਬਿਲਡਿੰਗ ਦੇ ਮਾਲਿਕ ਨੂੰ ਸੁਚੇਤ ਵੀ ਕੀਤਾ ਗਿਆ ਸੀ ਕਿ ਬਿਲਡਿੰਗ ਜਿਹੜੀ ਹੈਗੀ ਹੈ ਕਿਤੇ ਨਾ ਕਿਤੇ ਹਿੱਲ ਰਹੀ ਹੈਗੀ, ਉਹਦੇ ਕਰਕੇ ਨਾਲ ਦੇ ਘਰਾਂ ਤੇ ਦਬਾਅ ਪੈਣਾ ਸ਼ੁਰੂ ਹੋ ਗਿਆ। ਇਸੀ ਕਰਕੇ ਇੱਕ ਬਿਲਕੁਲ ਨਾਲ ਦੇ ਗਵਾਂਢੀ ਦੀ ਜਿਹੜੀ ਦੀਵਾਰ ਹੈ ਉਹ ਵੀ ਜਿਹੜੀ ਹੈ ਪਰਮ ਜਿਹੜੀ ਗਿਰ ਚੁੱਕੀ ਹੈਗੀ ਆ, ਉਹਨੂੰ ਵੀ ਨੁਕਸਾਨ ਪਹੁੰਚਿਆ। ਤਾਂ ਦੱਸ ਦਈਏ ਕਿ ਇਸ ਬਿਲਡਿੰਗ ਦੇ ਗਿਰਨ ਦੇ ਨਾਲ ਜਿੱਥੇ ਦੋ ਇੱਕ ਵਿਅਕਤੀ ਔਰ ਇੱਕ ਲੇਡੀ ਔਰ ਇੱਕ ਛੋਟੇ ਬੱਚੇ ਨੂੰ ਜਿਹੜੀਆਂ ਨੇ ਸੱਟਾਂ ਲੱਗੀਆਂ ਨੇ, ਔਰ 3 ਲੋਕ ਜਿਹੜੇ ਨੇ ਘਾਇਲ ਦੱਸੇ ਜਾ ਰਹੇ ਨੇ, ਜਿਨ੍ਹਾਂ ਦੇ ਸਿਰ ਤੇ ਔਰ ਬਾਕੀ ਸਰੀਰ ਤੇ ਜਿਹੜੀਆਂ ਸੱਟਾਂ ਲੱਗੀਆਂ ਨੇ। ਜੀ ਪਰਮ ਜੀ, ਬਿਲਕੁਲ, ਜਿਹੜੇ ਕਿ 3 ਲੋਕ ਜ਼ਖਮੀ ਹੋਏ ਨੇ, ਫਿਲਹਾਲ ਉਹਨਾਂ ਦੀ ਕਿਵੇਂ ਹਾਲਤ ਹੈ, ਹਸਪਤਾਲ ਪਹੁੰਚਾਇਆ ਗਿਆ? ਸੋ ਜਿਹੜੇ ਕਿ ਆਸ-ਪਾਸ ਦੇ ਲੋਕਾਂ ਦਾ ਹੋਰ ਕੀ ਕਹਿਣਾ ਹੈ, ਕਿਉਂਕਿ ਜਿਹੜਾ ਕਿ ਕਾਫੀ ਜਿਹੜੇ ਕਿ ਪ੍ਰਸ਼ਾਸਨ ਦੇ ਵੱਲੋਂ ਵੀ ਧਿਆਨ ਦੇਣਾ ਚਾਹੀਦਾ, ਕਿਉਂਕਿ ਇਸ ਤਰ੍ਹਾਂ ਦੇ ਹਾਦਸੇ ਪਹਿਲਾਂ ਵੀ ਲੁਧਿਆਣਾ ਦੇ ਵਿੱਚ ਹੋ ਚੁੱਕੇ ਨੇ। ਖਸਤਾ ਜਿਹੜਾ ਕਿ ਬਾਜ਼ਾਰ ਹੈ, ਪੁਰਾਣਾ ਬਾਜ਼ਾਰ, ਉਸ ਦੇ ਵਿੱਚ ਸਿਰਫ ਇਹੀ ਇੱਕ ਬਿਲਡਿੰਗ ਨਹੀਂ, ਹੋਰ ਵੀ ਕਈ ਬਿਲਡਿੰਗਾਂ ਨੇ ਇਸ ਤਰ੍ਹਾਂ ਦੀਆਂ ਜਿਹੜੀ ਕਿ ਖਸਤਾ ਹੋ ਚੁੱਕੀਆਂ ਨੇ। ਸੋ ਚਾਹੇ ਉਹ ਮਕਾਨ ਮਾਲਿਕ ਹੋਵੇ ਜਾਂ ਫਿਰ ਪ੍ਰਸ਼ਾਸਨ, ਨੂੰ ਇਸ ਤੇ ਜ਼ਰੂਰ ਐਕਸ਼ਨ ਵੀ ਲੈਣਾ ਚਾਹੀਦਾ ਹੈ। ਪਰਮ, ਕਾਂਗਰਸ ਦੇ ਟਾਈਮ ਦੇ ਵਿੱਚ ਇਹ ਜਿਹੜਾ ਹੈਗਾ ਨਗਰ ਨਿਗਮ ਲੁਧਿਆਣਾ ਵੱਲੋਂ ਸਰਵੇ ਕਰਵਾਇਆ ਗਿਆ ਸੀਗਾ, ਜਿਹਦੇ ਵਿੱਚ ਦਰਜਨ ਤੋਂ ਵੱਧ ਬਿਲਡਿੰਗਾਂ ਨੂੰ, ਚਾਹੇ ਉਹ ਮਾਧੋਪੁਰੀ ਦਾ ਇਲਾਕਾ ਹੋਵੇ, ਬ੍ਰਹਮਪੁਰੀ ਦਾ ਇਲਾਕਾ ਹੋਵੇ, ਪੁਰਾਣੇ ਬਾਜ਼ਾਰ ਦਰਿਸੀ ਦਾ ਇਲਾਕਾ ਹੋਵੇ, ਉਹਦੇ ਵਿੱਚ ਦਰਜਨ ਤੋਂ ਵੱਧ ਅਜਿਹੀਆਂ ਇਮਾਰਤਾਂ ਨੂੰ ਜਿਹੜਾ ਹੈਗਾ ਮਾਰਕ ਕੀਤਾ ਗਿਆ ਸੀ, ਜਿਨ੍ਹਾਂ ਨੂੰ ਜਿਹੜਾ ਤੁਰੰਤ ਜਾਂ ਤਾਂ ਮਾਲਕਾਂ ਨੂੰ ਰੈਨੋਵੇਟ ਕਰਵਾਉਣ ਲਈ ਜਾਂ ਫਿਰ ਉਹਨਾਂ ਨੂੰ ਸਹੀ ਢੰਗ ਦੇ ਨਾਲ ਡਿਮੋਲਿਸ਼ ਕਰਨ ਦੇ ਆਰਡਰਸ ਦਿੱਤੇ ਗਏ ਸੀ, ਮਾਫ ਕਰਨਾ, ਨੋਟੀਫਿਕੇਸ਼ਨ ਦਿੱਤੇ ਗਏ ਸੀਗੇ, ਲੇਕਿਨ ਉਹ ਨੋਟੀਫਿਕੇਸ਼ਨ ਕਿਤੇ ਨਾ ਕਿਤੇ ਕਿਤਾਬਾਂ 'ਚ ਹੀ ਰਹਿ ਗਏ, ਕਿਤੇ ਨਾ ਕਿਤੇ ਕਾਗਜ਼ਾਂ ਦੇ ਵਿੱਚ ਹੀ ਰਹਿ ਗਏ, ਉਹਨਾਂ ਤੇ ਕੋਈ ਵੀ ਅਮਲ ਜਿਹੜਾ ਨਹੀਂ ਹੋਇਆ। ਤਾਂ ਗਾਹੇ ਬਗਾਹੇ ਇਦਾਂ ਦੇ ਹਾਦਸੇ ਜਿਹੜੇ ਨੇ ਲੁਧਿਆਣਾ ਦੇ ਪੁਰਾਣਾ ਬਾਜ਼ਾਰ, ਬ੍ਰਹਮਪੁਰੀ, ਦ੍ਰਿਸੀ ਵਾਲੇ ਇਲਾਕੇ ਦੇ ਵਿੱਚ ਦੇਖਣ ਨੂੰ ਮਿਲਦੇ ਨੇ, ਕਿਉਂਕਿ ਬੇਹੱਦ ਪੁਰਾਣੀਆਂ ਬਿਲਡਿੰਗਾਂ ਨੇ, ਔਰ ਸਭ ਤੋਂ ਬੜੀ ਗੱਲ ਹੈ ਕਿ ਇਹਨਾਂ ਦੀ ਸੰਭਾਲ ਨਹੀਂ ਕੀਤੀ ਜਾਂਦੀ, ਅਜਿਹੀਆਂ ਖਸਤਾ ਹਾਲ ਜਿਹੜੀਆਂ ਨੇ ਖੰਡਰ ਬਣ ਚੁੱਕੀਆਂ ਬਿਲਡਿੰਗਾਂ ਤੇ ਤੁਰੰਤ ਕਾਰਵਾਈ ਕਰਨ ਦੀ ਜ਼ਰੂਰਤ ਹੈਗੀ, ਨਹੀਂ ਤਾਂ ਅਜਿਹੇ ਹਾਦਸੇ ਜਿਹੜੇ ਗਾਹੇ ਬਗਾਹੇ ਦੇਖਣ ਨੂੰ ਮਿਲਣਗੇ, ਔਰ
ਕੋਈ ਬੜੀ ਘਟਨਾ ਵੀ ਪਰਮ ਇਹਨਾਂ ਕਰਕੇ ਘਟ ਸਕਦੀ ਹੈ। ਜੀ ਬਿਲਕੁਲ, ਜਿਹੜੇ ਕਿ ਆਸ ਪਾਸ ਦੇ ਲੋਕਾਂ ਦਾ, ਜਿਵੇਂ ਕਿ ਤੁਸੀਂ ਦੱਸਿਆ ਕਿ ਲੋਕਾਂ ਦਾ ਵੱਲੋਂ ਕਹਿਣਾ ਕਿ ਰਾਤ ਨੂੰ ਹੀ ਜਿਹੜੀ ਕਿ ਆਵਾਜ਼ਾਂ ਆ ਰਹੀਆਂ ਸੀ ਬਿਲਡਿੰਗ ਤੋਂ ਹੁਣ ਲੋਕਾਂ ਦੇ ਵੱਲੋਂ ਜਾਂ ਫਿਰ ਜਿਹੜੇ ਲੋਕ ਜ਼ਖਮੀ ਹੋਏ ਉਹਨਾਂ ਦੇ ਵੱਲੋਂ ਮਕਾਨ ਮਾਲਿਕ ਤੇ ਕੋਈ ਸ਼ਿਕਾਇਤ ਕੀਤੀ ਗਈ, ਕੋਈ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ? ਜੀ ਬਿਲਕੁਲ, ਦੇਖੋ ਮੰਗ ਤਾਂ ਹਮੇਸ਼ਾ ਉੱਠਦੀ ਰਹਿੰਦੀ ਹੈਗੀ ਹੈ, ਲੇਕਿਨ ਪਰੇਸ਼ਾਨੀ ਇਹ ਕਿ ਡਿਵੀਜ਼ਨ ਨੰਬਰ 4 ਵੱਲੋਂ ਵੀ ਮਾਮਲਾ ਦਰਜ ਕੀਤਾ ਗਿਆ ਹੈਗਾ, ਦ੍ਰਿਸ਼ੀ ਦੀ ਪੁਲਿਸ ਵੀ ਜਿਹੜੀ ਹੈ ਮੌਕੇ ਤੇ ਪਹੁੰਚੀ ਹੈਗੀ ਹੈ, ਲੇਕਿਨ ਇੱਥੇ ਇਹ ਚੀਜ਼ ਦੇਖਣੀ ਹੋਏਗੀ ਕਿ ਨਗਰ ਨਿਗਮ ਆਪਣਾ ਰੋਲ ਅਦਾ ਕਿਉਂ ਨਹੀਂ ਕਰਦਾ। ਇਹ ਸਾਰੀਆਂ ਜ਼ਿੰਮੇਵਾਰੀਆਂ ਨਗਰ ਨਿਗਮ ਲੁਧਿਆਣਾ ਦੀਆਂ ਨੇ, ਔਰ ਇਹਨਾਂ ਨੂੰ ਕਿਤੇ ਨਾ ਕਿਤੇ ਜਿਹੜੀਆਂ ਆਈਡੈਂਟੀਫਾਈ ਕੀਤੀਆਂ ਹੋਈਆਂ ਬਿਲਡਿੰਗਸ ਨੇ ਜਿਨ੍ਹਾਂ ਨੂੰ ਪਤਾ ਹੈ ਕਿ ਇਹ ਕਦੀ ਵੀ ਬੜੇ ਹਾਦਸੇ ਦਾ ਕਾਰਨ ਬਣ ਸਕਦੀਆਂ ਨੇ, ਤਾਂ ਉਹਦੇ ਉੱਤੇ ਐਕਸ਼ਨ ਕਿਉਂ ਨਹੀਂ ਲਿੱਤਾ ਜਾਂਦਾ ਹੈਗਾ, ਸਭ ਤੋਂ ਵੱਡੀ ਗੱਲ ਇਹ ਹੈ। ਲੇਕਿਨ ਇਸ ਬਿਲਡਿੰਗ ਦੀ ਅਗਰ ਆਪਾਂ ਗੱਲ ਕਰੀਏ ਤਾਂ ਜ਼ਰੂਰ ਮਾਲਕ ਦੀ ਸ਼ਿਕਾਇਤ ਜਿਹੜੀ ਹੈ ਉਹ ਦਰਜ ਕਰ ਦਿੱਤੀ ਗਈ ਹੈ, ਮਾਲਕ ਖਿਲਾਫ਼ ਸ਼ਿਕਾਇਤ ਦਰਜ ਹੋ ਚੁੱਕੀ ਹੈਗੀ ਹੈ, ਔਰ ਕੀ ਕਾਰਵਾਈ ਹੁੰਦੀ ਹੈ ਤਾਂ ਸਮਾਂ ਦੱਸੇਗਾ। ਲੇਕਿਨ ਫਿਲਹਾਲ ਜਿਹੜੀ ਹੈ ਇੱਕ ਬੇਹੱਦ ਮੰਦਭਾਗੀ ਘਟਨਾ ਜਿਹੜੀ ਹੈ, ਬਿਲਡਿੰਗ ਗਿਰੀ ਹੈ ਔਰ ਇਹਦੇ ਕਰਕੇ 3 ਜਿਹੜੇ ਲੋਕ ਨੇ ਜ਼ਖਮੀ ਹੋਏ ਨੇ। ਜੀ ਬਿਲਕੁਲ ਜੀ, ਕਮਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤਮਾਮ ਜਾਣਕਾਰੀ ਸਾਂਝੀ ਕਰਨ ਦੇ ਲਈ।